थानागढ़ शंकर पुलिस ने बाई नशीले टीके समेत एक व्यक्ति नूं काबू करन विच सफलता हासिल कीती। जानकारी दिंदे हुए SHO थानागढ़ शंकर हरप्रेम सिंह ने दस्या कि SI रमनदीप कौर थानागढ़ शंकर वालों समेत पुलिस पार्टी दौरान गश्त दा चैकिंग सक्की पुरशां ते संबंध विच मैन बाजार मोहल्ला रायका गढ़शंकर वल नूं जांदे समय सामने तो एक व्यक्ति पैदल आउंदा दिखाई दिता, जिस नूं शक तो बिना ही काबू करके नाम पता पुछया, जिस ने अपना नाम राहुल कुमार पुत्र बलविंदर कुमार वासी मोहल्ला रायका वार्ड नंबर 3 गढ़शंकर थाना गढ़शंकर दस्या। मिति 23/7/2023 ਨੂੰ SI ਰਮਨਦੀਪ ਥਾਣਾ ਗੜਸ਼ੰਕਰ ਸਮੇਤ ਪੁਲਿਸ ਪਾਰਟੀ ਦੇ ਮੇਨ ਬਾਜ਼ਾਰ ਇੱਥੇ ਗੜਸ਼ੰਕਰ ਮਹੱਲਾ ਚਮਕਾ ਦੇ ਵਿੱਚ ਜਾ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਜਿਹਦੇ ਹੱਥ ਦੇ ਵਿੱਚ ਕੋਈ ਮੂਵੀ ਲਿਫਾਫਾ ਸੀਗਾ ਉਹਨੂੰ ਸ਼ੱਕ ਦੇ ਬਿਨਾਂ 'ਤੇ ਰੋਕਿਆ। ਜਦੋਂ ਉਹਨੂੰ ਚੈੱਕ ਕੀਤਾ ਤਾਂ ਉਹਦੇ ਕੋਲੋਂ 22 ਨਸ਼ੀਲੇ ਟੀਕੇ ਬਰਾਮਦ ਹੋਏ ਹੈਗੇ ਅਤੇ ਦੋਸ਼ੀ ਦੀ ਜੋ ਨਾਮ ਹੈ ਉਹ ਹੈ ਰਾਹੁਲ ਕੁਮਾਰ ਸਨਫ ਬਲਵਿੰਦਰ ਕੁਮਾਰ, ਇਹ ਹੈਗਾ ਵਾਰਡ ਨੰਬਰ 3 ਗੜਸ਼ੰਕਰ ਦਾ ਰਹਿਣ ਵਾਲਾ ਹੈਗਾ। ਜਿਹਦੇ ਸੰਬੰਧ ਦੇ ਵਿੱਚ ਥਾਣਾ ਗੜਸ਼ੰਕਰ ਦੇ ਵਿੱਚ FIR ਨੰਬਰ 124 ਮਿਤੀ 23/7/23 ਅੰਡਰ ਸੈਕਸ਼ਨ 22-85 NDPX ਦਰਜ ਰਜਿਸਟਰ ਹੋ ਗਈ ਹੈਗੀ ਆ, ਇਹਨੂੰ ਪੇਸ਼ ਅਦਾਲਤ ਕਰ ਦਿੱਤਾ ਗਿਆ ਹੈਗਾ ਜੋ ਸਾਡੇ ਹੁਣ ਪੁਲਿਸ ਰਿਮਾਂਡ 'ਤੇ ਸਾਡੇ ਪੁਲਿਸ ਪਾਰਟੀ ਕੋਲ ਹੈ। ਫਰਦਰ ਇਹਦੀ ਹੁਣ ਅਸੀਂ ਇੰਟਰੋਗੇਸ਼ਨ ਕਰ ਰਹੇ ਹੈਗੇ ਹਾਂ ਵੀ ਇਹ ਕਿੱਥੋਂ ਜਿਹੜਾ ਸਮਾਨ ਲੈ ਕੇ ਆਉਂਦਾ ਹੈਗਾ ਅਤੇ ਅੱਗੇ ਕਿਹਨੂੰ ਕਿਹਨੂੰ ਹੋਰ ਸਪਲਾਈ ਕਰਦਾ, ਹੋਰ ਇਹਦੇ ਨਾਲ ਕੀ ਨੈਕਸਟ ਜੋੜਿਆ, ਕਿਹੜੇ ਕਿਹੜੇ ਇਹਦੇ ਨਾਲ ਬੰਦੇ ਅਟੈਚ ਹੈਗੇ, ਜੋ ਸਾਡੇ ਤੱਥ ਦੇ ਸਾਹਮਣੇ ਆ ਗਏ ਤਾਂ ਅਸੀਂ ਬੰਦੀ ਕਾਨੂੰਨੀ ਕਾਰਵਾਈ ਹੋਰ ਕਰਾਂਗੇ।